ਸਤਿ ਸ੍ਰੀ ਅਕਾਲ ਜੀ। ਰਾਤ ਮੇਰੇ ਪਿੰਡ ਦੇ ਵਿੱਚ ਕੋਈ ਇਸ਼ਤਿਹਾਰ ਲਾਏ ਗਏ ਨੇ। ਪਹਿਲਾਂ ਇਸ਼ਤਿਹਾਰਾਂ ਬਾਰੇ ਗੱਲ ਕਰ ਲਈ ਆਪਾਂ, ਨੇੜੇ ਕਰਕੇ ਦਿਖਾ ਦੇਗੇ। ਇਹ ਇਸ਼ਤਿਹਾਰ ਲਾਏ ਗਏ ਨੇ ਰਾਤ, ਕੱਲ ਰਾਤ ਤੇ ਪਰਸੋਂ ਰਾਤ, ਇਹ ਦੋ ਦਿਨ ਹੋ ਗਏ ਇਸ਼ਤਿਹਾਰ ਲੱਗ ਰਹੇ ਨੇ। ਤਾਂ ਇਹ ਜਿਹੜੇ ਇਸ਼ਤਿਹਾਰ ਨੇ, ਇਸ਼ਤਿਹਾਰ ਲੱਗ ਰਹੇ ਨੇ ਜਿਹੜੀਆਂ ਆਪਾਂ ਲਗਾਤਾਰ, ਆਪਾਂ ਨੂੰ ਪਤਾ ਲੱਗਦਾ ਵੀ ਕਿਹੜੀਆਂ ਕੂੜ ਪ੍ਰਚਾਰ ਜਿਹੜਾ ਹੋ ਰਿਹਾ, ਜਿਹੜੀਆਂ ਗੱਪ ਕਹਾਣੀਆਂ ਬਣਾ ਬਣਾ ਲੋਕਾਂ ਨੂੰ ਗੁੰਮਰਾਹ ਕਰਕੇ ਮਗਰ ਲਾਇਆ ਜਾ ਰਿਹਾ, ਇਹ ਕੋਈ ਅੰਕਰ ਨਰੂਲਾ, ਕੋਈ ਅੰਕਰ ਯੂਸਫ ਨਰੂਲਾ ਜਿਹੜਾ ਕਿ ਇਹਨਾਂ ਦਾ ਕੋਈ ਦਿਹਾੜਾ ਹੈਗਾ ਉਹ ਮਨਾ ਰਹੇ ਨੇ, ਤੇ ਇਹਨਾਂ ਨੇ ਪਿੰਡਾਂ ਚ ਪੋਸਟਰ ਲਾਏ ਨੇ। ਸਾਡੇ ਪਿੰਡ ਸਾਨੂੰ ਰਾਤ ਹੀ ਪਤਾ, ਸਵੇਰੇ ਪਤਾ ਲੱਗਿਆ, ਤੜਕੇ ਪਤਾ ਲੱਗਿਆ ਕਿ ਪੋਸਟਰ ਲੱਗੇ ਹੋਏ ਨੇ। ਤਾਂ ਇਸ ਕਰਕੇ ਸਾਰਾ ਪਿੰਡ ਜਿਹੜਾ ਉਹ ਇੱਥੇ ਇਕੱਤਰ ਹੋਏ ਆ, ਖਾਸ ਕਰਕੇ ਇਹ ਜਿਹੜਾ ਕਿੱਥੇ ਲੋਕਾਂ ਨੂੰ ਗੁੰਮਰਾਹ ਕਰਦੇ, ਜਿੱਥੇ ਲੋਕ ਜਿੱਥੇ ਗਰੀਬ ਵਰਗ ਆ, ਜਿੱਥੇ ਅਨਪੜ੍ਹ ਵਰਗ ਆ, ਜਿੱਥੇ ਮਜ਼ਦੂਰ ਵਰਗ ਆ, ਉੱਥੇ ਲੋਕ ਜ਼ਿਆਦਾ ਹਮਲਾ। ਹੁਣ ਇਹ ਪੋਸਟਰ ਜਿਹੜੇ ਇਸ਼ਤਿਹਾਰ ਨੇ ਉਸ ਏਰੀਏ 'ਚ ਜ਼ਿਆਦਾ ਲਾਏ ਗਏ ਨੇ, ਲੋਕਾਂ ਨੂੰ ਗੁੰਮਰਾਹ ਕਰਕੇ ਮਗਰ ਲਾਇਆ ਜਾਵੇ। ਹੁਣ ਸਾਰੇ ਉਹ ਲੋਕ ਖੜੇ ਨੇ, ਮਾਈਆਂ ਖੜੀਆਂ ਨੇ, ਇੱਧਰ ਬਜ਼ੁਰਗ ਖੜੇ ਆ, ਨੌਜਵਾਨ ਖੜੇ ਆ ਸਾਰੇ। ਹੁਣ ਤੁਸੀਂ ਗੱਲ ਇਹ ਦੇਖੋ ਕਿ ਇਹਦੇ 'ਚ ਕਹਾਣੀ ਕੀ ਆ। ਕਹਾਣੀ ਇਹਦੇ 'ਚ ਦੋ ਕਹਾਣੀਆਂ ਇਹਨਾਂ ਨੇ ਲਿਖੀਆਂ ਨੇ। ਪਹਿਲੀ ਕਹਾਣੀ ਤਾਂ ਇਹ ਹੈ ਕਿ ਇੱਕ ਕੋਈ ਔਰਤ ਬੋਲ ਰਹੀ ਹੈ ਕਿ ਭਾਈ ਮੈਂ 40 ਸਾਲ ਤੋਂ ਸਾਡੇ ਘਰੇ ਮੌਤ ਦਾ ਤਾਂਡਵ ਸੀਗਾ, ਮੇਰਾ ਬੱਚਾ ਥੱਲੇ ਡਿੱਗ ਪਿਆ, ਕੋਈ ਕਾਲੇ ਰੰਗ ਦਾ ਸਾਇਆ ਦਿਖਿਆ, ਪਰਛਾਵਾਂ ਦਿਖਿਆ, ਤੇ ਉਦੋਂ ਬਾਅਦ ਅਸੀਂ ਡਰ ਗਏ, ਡਰਨ ਤੋਂ ਬਾਅਦ ਸਾਡਾ ਜਵਾਬ ਬਿਮਾਰ ਹੋ ਗਿਆ, ਬਿਮਾਰ ਤੋਂ ਬਾਅਦ ਅਸੀਂ ਹਸਪਤਾਲ ਲੈ ਗਏ, ਹਸਪਤਾਲ ਜਾ ਕੇ ਜਵਾਕ ਸਾਡਾ, ਡਾਕਟਰਾਂ ਨੇ ਉਹਦੀ ਮੌਤ ਦਾ ਐਲਾਨ ਕਰਤਾ ਵੀ ਇਹ ਮਰ ਗਿਆ, ਮਰਿਆ ਐਲਾਨ ਕਰਤਾ। ਉਦੋਂ ਬਾਅਦ ਇਹ ਕਹਿੰਦੇ ਜੀ ਉਦੋਂ ਬਾਅਦ ਅਸੀਂ ਇਹ ਆਪਣਾ ਚਰਚ ਚਲੇ ਗਏ, ਚਰਚ ਦੇ ਵਿੱਚ ਜਾ ਕੇ ਸਾਨੂੰ ਤੇਲ ਮਲਿਆ ਇਹਦੇ ਉੱਤੇ, ਉਹਨਾਂ ਨੇ ਤੇਲ ਮਲ ਕੇ ਸਾਨੂੰ ਇੱਕ ਈਮੇਲ ਦਿੱਤੀ, ਇਹ ਇਸ ਈਮੇਲ ਦੇ ਉੱਤੇ ਅਸੀਂ ਸਾਡੀ ਮੇਲ ਭੇਜੀ, ਤੇ ਉਦੋਂ ਬਾਅਦ ਸਾਡਾ ਜਿਹੜਾ ਇਹ 17/3/22 ਨੂੰ ਕਹਿੰਦੇ ਅੰਕਲ ਯੂਸਫ ਨਰੂਲਾ ਨੇ ਪ੍ਰਾਰਥਨਾ ਕੀਤੀ, ਉਸ ਵੇਲੇ ਪਰਮੇਸ਼ਰ ਦੇ ਆਤਮਾ ਨੇ ਸਾਡੇ ਜਵਾਕ ਨੂੰ ਆ ਕੇ ਛੂਹਿਆ ਤੇ ਸਾਡਾ ਜਵਾਕ ਪੂਰੀ ਤਰ੍ਹਾਂ ਠੀਕ ਹੋ ਗਿਆ। ਸੋ ਇੱਕ ਕਹਾਣੀ ਕਿ ਇੱਕ ਮਰਿਆ ਹੋਇਆ ਜਵਾਕ ਜਿਹਨੂੰ ਡਾਕਟਰਾਂ ਨੇ ਮਰਿਆ ਐਲਾਨਤਾ ਸੀਗਾ ਤੇ ਉਹ ਠੀਕ ਹੋ ਗਿਆ, ਉਹ ਜਿਉਂਦਾ ਹੋ ਗਿਆ। ਦੂਜੀ ਕਹਾਣੀ ਹੈ ਜੀ, ਇਹ ਬੰਦੇ ਦੀ ਹੈ, ਕੋਈ ਇਹ ਜਲੰਧਰ ਦਾ ਰਹਿਣ ਵਾਲਾ, ਇਹਨੇ ਲਿਖਿਆ। ਇਹ ਕਹਿੰਦਾ ਵੀ ਮੈਂ ਮੋਟੀ ਮੋਟੀ ਤੁਹਾਨੂੰ ਦੱਸ ਦਿੰਦਾ, ਇਹ ਕਹਿੰਦਾ ਵੀ ਮੈਂ ਮੇਰੇ ਮਾਸ ਜਿਹੜਾ ਰੋਜ਼ ਮੇਰਾ ਮਾਸ ਸਰੀਰ ਦੇ ਵਿੱਚੋਂ ਜਿਹੜਾ 15 ਦਿਨਾਂ ਤੋਂ ਲੈ ਕੇ ਜਿਹੜਾ ਮੈਂ ਮੇਰੇ ਲਗਾਤਾਰ ਮਾਸ ਸਰੀਰ ਦੇ ਵਿੱਚੋਂ ਨਿਕਲ ਰਿਹਾ ਸੀਗਾ, ਤੇ ਆਹ ਮਾਸ ਵੀ ਦਿਖਾਇਆ ਥੱਲੇ ਚੜਿਆ ਹੋਇਆ, ਤਾਂ ਹਾਂ ਬੰਦੇ ਦੀ ਫੋਟੋ ਦਿਖਾਈ ਹੈ। ਤੇ ਉਦੋਂ ਬਾਅਦ ਇਹ ਵੀ ਉਹੀ ਕਹਾਣੀ ਦੱਸ ਰਿਹਾ ਕਿ ਮੈਂ ਉੱਥੇ ਗਿਆ ਤੇ ਮੇਰੇ ਤੇਲ ਦੀ ਮਾਲਸ਼ ਕੀਤੀ ਤੇ ਪ੍ਰਾਰਥਨਾ ਕੀਤੀ ਤੇ ਮੈਂ ਸਾਰਾ ਨੌਂਵਰ ਨੌਂ ਹੋ ਗਿਆ। ਜਿਉਂਦੇ ਹੋਇਆਂ ਨੂੰ ਵੀ ਠੀਕ ਕਰ ਰਹੇ ਨੇ, ਆ ਮਰਿਆਂ ਹੋਇਆਂ ਨੂੰ ਵੀ ਠੀਕ ਕਰ ਰਹੇ ਨੇ, ਜਿਉਂਦੇ ਕਰ ਰਹੇ ਨੇ, ਤੇ ਜਿਹੜੇ ਬੰਦੇ ਕੋਈ ਇਲਾਜ ਬਿਮਾਰ ਨੇ ਉਹਨਾਂ ਨੂੰ ਵੀ ਇਹ ਠੀਕ ਕਰ ਰਹੇ ਨੇ। ਹੁਣ ਸਵਾਲ ਇਹ ਪੈਦਾ ਹੁੰਦਾ, ਸਵਾਲ ਪੈਦਾ ਹੁੰਦਾ ਕਿ ਜੇ ਤੁਸੀਂ ਇਸ ਤਰ੍ਹਾਂ ਦੀਆਂ ਕਹਾਣੀਆਂ, ਇਹ ਪਹਿਲਾਂ ਹੀ ਬਹੁਤ ਵਾਰੀ ਇਹ ਮੁੱਦਾ ਉੱਠਿਆ ਕਿ ਤੁਸੀਂ ਗੁੰਮਰਾਹ ਕਰ ਰਹੇ ਹੋ ਲੋਕਾਂ ਨੂੰ, ਮਰਿਆਂ ਹੋਇਆਂ ਨੂੰ ਜਿਉਂਦੇ ਕਰ ਰਹੇ ਹੋ, ਤੇ ਜਿਹੜਿਆਂ ਨੂੰ ਡਾਕਟਰ ਇਹ ਐਲਾਨ ਚੁੱਕਿਆ ਵੀ ਇਹ ਬੰਦਾ 10 ਦਿਨਾਂ ਜਾਂ 15 ਦਿਨਾਂ ਚ ਮਰ ਜੂਗਾ, ਉਹਨੂੰ ਤੁਸੀਂ ਠੀਕ ਕਰ ਰਹੇ ਹੋ, ਫਿਰ CMC ਤੁਹਾਡੇ ਹਸਪਤਾਲ ਨੇ ਉਹ ਬੰਦ ਕਰ ਦਿਓ, ਦੁਨੀਆ ਭਰ ਚ ਹਸਪਤਾਲ ਉਹਨਾਂ ਨੂੰ ਬੰਦ ਕਰ ਦਿਓ। ਜੇ ਤੁਸੀਂ ਮਰਿਆਂ ਹੋਇਆਂ ਨੂੰ ਜਿਉਂਦਾ ਕਰਨਾ, ਫਿਰ ਜਿਹੜੇ ਮਰ ਰਹੇ ਇਨਸਾਨ ਨੇ ਇੱਥੇ ਉਹਨਾਂ ਨੂੰ ਵੀ ਜਿਉਂਦੇ ਕਰੋ, ਲੋੜ ਹੀ ਨਹੀਂ ਪੈਣੀ ਫਿਰ ਤਾਂ, ਮੌਤ ਆਉਣੀ ਨਹੀਂ ਇਸ ਤਰੀਕੇ ਨਾਲ ਜਿਸ ਤਰੀਕੇ ਨਾਲ ਤੁਸੀਂ। ਜੇ ਇਹ ਕੁਦਰਤ ਦੀ ਪ੍ਰਕਿਰਿਆ, ਇਹ ਕੁਦਰਤ ਦਾ ਇੱਕ ਨਿਜ਼ਾਮ ਹੈ, ਇੱਕ ਨਿਜ਼ਮ ਹੈ ਕਿ ਜਿਹੜੀ ਚੀਜ਼ ਇੱਥੇ ਪੈਦਾ ਹੋਈ ਹੈ ਉਹਨੇ ਇੱਕ ਦਿਨ ਖਤਮ ਹੋਣਾ, ਉਹ ਚਾਹੇ ਸੂਰਜ ਵੀ ਕਿਉਂ ਨਹੀਂ, ਕਿਉਂਕਿ ਸੂਰਜ ਵੀ ਹੁਣ ਦੱਸਿਆ ਜਾ ਰਿਹਾ ਕਿ ਸੂਰਜ ਦੀ ਉਮਰ ਵੀ ਦਿਨੋਂ ਦਿਨ ਜਿਹੜੀ ਘਟਦੀ ਤੁਰੀ ਜਾ ਰਹੀ। ਤੇ ਇਸ ਕਰਕੇ ਇਹ ਜਿਹੜਾ ਸਾਡਾ ਪ੍ਰਚਾਰ ਕਰ ਰਿਹਾ ਸੀ ਸਾਰਾ ਸਾਡਾ ਨਗਰ ਖੜਾ, ਸਪਸ਼ਟ ਲਫ਼ਜ਼ਾਂ ਦੇ ਵਿੱਚ ਅਸੀਂ ਇਹ ਚੇਤਾਵਨੀ ਦਿੰਦੇ ਹਾਂ। ਰਾਤ ਨੂੰ ਕੈਮਰਿਆਂ ਸਾਡੇ ਆ ਗਏ, ਇੱਕ ਬੰਦਾ ਹੈ ਤੇ ਇੱਕ ਬੁੜੀ ਹੈ, ਇਹ ਦੋ ਜਣੇ ਲਾ ਕੇ ਗਏ ਆ। ਜੇ ਸਾਡੇ ਕਦੇ ਇਹ ਧੱਕੇ ਚੜ ਗਏ, ਇੜਕੇ ਚੜ ਗਏ, ਇਹ ਜੇ ਪੋਸਟਰ ਲਾਉਂਦੇ ਪ੍ਰਚਾਰ ਕਰਦੇ ਸਾਡੇ ਪਿੰਡ 'ਚ ਵੜ ਗਏ, ਤਾਂ ਅਸੀਂ ਬਖਸ਼ਾਂਗੇ ਨਹੀਂ, ਅਸੀਂ ਲੱਤਾਂ ਫੱਡਾਂਗੇ। ਫਿਰ ਲੱਤਾਂ ਵੱਢ ਦਿਆਂਗੇ, ਫਿਰ ਦੇਖਾਂਗੇ ਤੁਹਾਡਾ ਕਿਹੜਾ ਇਹ ਅੰਕਲ ਨਰੂਲਾ ਜਾਂ ਕਿਹੜਾ ਬੰਦਾ ਤੁਹਾਡਾ ਹੱਥ ਲਾ ਕੇ ਤੁਹਾਡੀ ਲੱਤ ਨੂੰ ਕੀ ਆ ਮੁੜ ਕੇ ਜੋੜ ਹੀ ਦੇਵੇ, ਇਹ ਵੀ ਦੇਖ ਲਾਂਗੇ ਫਿਰ। ਸੋ ਇਸ ਤੁਹਾਨੂੰ ਚੇਤਾਵਨੀ ਹੈ ਵੀ ਸਾਡੇ ਪਿੰਡ ਕੋਈ ਪ੍ਰਚਾਰ ਕਰਦਾ ਮਿਲ ਗਿਆ ਜਾਂ ਹਜੇ ਇਸ਼ਤਿਹਾਰ ਲਾਉਂਦਾ ਮਿਲ ਗਿਆ ਕਿ ਦਿਨੇ ਰਾਤ ਨੂੰ, ਹੁਣ ਸਾਰਾ ਪਿੰਡ ਸਾਡਾ ਚਕੰਨਾ ਹੋ ਗਿਆ ਇਸ ਗੱਲ ਤੋਂ ਬਾਅਦ। ਤੇ ਮੈਂ ਪੂਰੇ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਕਿ ਚਕੰਨੇ ਹੋ ਜਾਓ ਯਾਰ, ਰਾਤ ਨੂੰ ਨਿਗਾਹ ਰੱਖਿਆ ਕਰੋ, ਪਤਾ ਨਹੀਂ ਕਿਹੜੇ ਵੇਲੇ ਦਿਨੇ ਵੀ ਰਾਤ ਨੂੰ ਵੀ, ਖਾਸ ਕਰਕੇ
ਅਹਿਆਂ ਮਾਈਆਂ ਕਣ ਆਉਣ ਕੋਲੇ ਆਉਂਦੇ ਜਿੱਥੇ ਜ਼ਿਆਦਾ ਅਰਪੜਤਾ ਹੈ ਜਾਂ ਗਰੀਬੀ ਹੈ ਜਿਹਨੂੰ ਪਤਾ ਹੀ ਨਹੀਂ ਉੱਥੇ ਲਾਲਚ ਵੀ ਦਿੰਦੇ ਆ ਕਿਸੇ ਨੂੰ ਘਰ ਪਾਉਣ ਦਾ ਲਾਲਚ ਦੇਤਾ ਕਿਸੇ ਦੀ ਫੀਸ ਭਰਤੀ ਜਵਾਕ ਦੀ ਕਿਹਦਾ ਲਾਲਚ ਲਾਉਣ ਦਾ ਲਾਲਚ ਦੇਤਾ ਤਰ੍ਹਾਂ ਤਰ੍ਹਾਂ ਦੇ ਲਾਲਚ ਲੈ ਕੇ ਲੋਕਾਂ ਨੂੰ ਗੁੰਮਰਾਹ ਕਰਕੇ ਧਰਮ ਜਿਹੜਾ ਇਹ ਤਬਦੀਲ ਲੋਕਾਂ ਦਾ ਕਰਾ ਰਹੇ ਆ ਅਸੀਂ ਕਿਸੇ ਧਰਮ ਦੇ ਖਿਲਾਫ਼ ਨਹੀਂ ਜਿਹੜਾ ਧਰਮ ਹੈ ਆਪੋ ਆਪਣਾ ਪ੍ਰਚਾਰ ਕਰੋ ਕੋਈ ਵੀ ਧਰਮ ਹੈ ਹੱਕ ਦੀ ਸੱਚ ਦੀ ਗੱਲ ਕਰਦਾ ਨੇਕੀ ਦੀ ਗੱਲ ਕਰਦਾ ਲੋਕਾਂ ਨੂੰ ਸੇਧ ਦੇਣ ਦੀ ਗੱਲ ਕਰਦਾ ਨਾ ਕਿ ਇਹੋ ਜਿਹੀਆਂ ਕਹਾਣੀਆਂ ਕੋਈ ਧਰਮ ਘੜਦਾ ਜਾਂ ਕੋਈ ਮਰਿਆ ਹੋਇਆ ਨੂੰ ਜਿਉਂਦੇ ਕਰਦਾ ਇਹ ਮੰਨਣ ਚ ਹੀ ਨਹੀਂ ਆਉਂਦੀ ਗੱਲ ਇਹ ਕੁਦਰਤ ਦੇ ਪਰਮਾਤਮਾ ਦੇ ਰੱਬ ਦੇ ਨਿਯਮ ਦੇ ਵੀ ਉਲਟ ਹੈ ਤੇ ਇਸ ਕਰਕੇ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਅਸੀਂ ਬਖਸ਼ਾਂਗੇ ਨਹੀਂ ਜਿਹੜਾ ਵੀ ਬੰਦਾ ਸਾਨੂੰ ਜਾਂ ਕੋਈ ਬੁੜੀ ਇੱਥੇ ਮਿਲ ਗਈ ਰਾਤ ਬਰਾਤੇ ਦੇਣੇ ਕੋਈ ਪਰਚੇ ਬਣ ਦੀ ਮਿਲ ਗਈ ਕੋਈ ਘਰਾਂ 'ਚ ਮੈਂ ਪਤਾ ਲੱਗਿਆ ਕਿ ਘਰਾਂ 'ਚ ਵੀ ਇਹ ਪ੍ਰਚਾਰ ਕਰ ਰਹੇ ਆ ਜਾ ਕੇ ਪਿੰਡੋ ਪਿੰਡੀ ਬਹੁਤ ਘਰਾਂ 'ਚ ਪ੍ਰਚਾਰ ਕਰ ਰਹੇ ਆ ਨਾਲ ਇਹ ਸਕੂਲਾਂ ਦੇ ਵਿੱਚ ਜਿਹੜੇ ਇਹਨਾਂ ਦੇ ਸਕੂਲ ਨੇ ਜਿਹੜੇ ਈਸਾਈਆਂ ਦੇ ਸਕੂਲ ਨੇ ਉੱਥੇ ਵੀ ਤੁਹਾਡੇ ਜਵਾਕ ਪੜ੍ਹਦੇ ਆ ਗੌਰ ਰੱਖਿਓ ਉੱਥੇ ਵੀ ਪਤਾ ਨਹੀਂ ਕਿਹੜੇ ਤਰੀਕੇ ਨਾਲ ਜਵਾਕਾਂ ਨੂੰ ਗੁੰਮਰਾਹ ਕਰਕੇ ਜਵਾਕ ਛੋਟਾ ਉਮਰ ਜਿਹੜੀ ਅਵਸਥਾ ਹੁੰਦੀ ਹੈ ਜਵਾਕ ਦੀ ਤਾਂ ਉੱਥੇ ਜਿਹੜਾ ਮਰਜ਼ੀ ਜਵਾਕ ਨੂੰ ਪਾਠ ਪੜ੍ਹਾ ਦਿਓ ਜੋ ਮਰਜ਼ੀ ਸਿਖਾ ਦਿਓ ਬੱਚਾ ਉੱਥੇ ਪੱਕ ਜਾਂਦਾ ਤਾਂ ਉੱਥੇ ਵੀ ਨਿਗਾਹ ਰੱਖੋ ਗੌਰ ਰੱਖੋ ਇਹ ਬਹੁਤ ਵੱਡੇ ਪੱਧਰ ਤੇ ਹਮਲਾ ਹੋ ਰਿਹਾ ਸੋ ਨਾਲ ਮੇਰੇ ਸਾਡੇ ਪਿੰਡ ਦੇ ਗੰਤ ਸਾਹਿਬ ਨੇ ਬਾਬਾ ਇੰਦਰ ਸਿੰਘ ਇੰਦਰਾ ਇਹ ਵੀ ਦੋ ਸ਼ਬਦ ਜਿਹੜੇ ਲੋਕਾਂ ਨੂੰ ਮੈਂ ਚਾਹੁੰਦਾ ਕਿ ਆਪਣੇ ਜਵਾਨੀ ਦੱਸਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬੇਨਤੀ ਹੈ ਕਿ ਸਭ ਤੋਂ ਪਹਿਲਾਂ ਤਾਂ ਜੋ ਬਾਈ ਜੀ ਨੇ ਦੱਸਿਆ ਕਿ ਜੋ ਇਹ ਪੋਸਟਰ ਲਾ ਕੇ ਗਏ ਹੈ ਉਹ ਰਾਤ ਨੂੰ ਲਾ ਕੇ ਗਏ ਹੈ ਲਾ ਕੇ ਵੀ ਉਹ ਇੱਕ ਪਾਸੇ ਗਏ ਆ ਸਾਰੇ ਪਿੰਡ ਦੇ ਵਿੱਚ ਨਹੀਂ ਮੈਂ ਘੁੰਮ ਕੇ ਆਇਆ ਵੀ ਕਿਤੇ ਵੀ ਇਹ ਪੋਸਟਰ ਨਹੀਂ ਲੱਗਿਆ ਖਾਸ ਕਰਕੇ ਇਹ ਮਜ਼ਦੂਰ ਵਰਗ ਵਾਲੇ ਪਾਸੇ ਲੱਗਿਆ ਇੱਥੋਂ ਇੱਕ ਸਾਜਿਸ਼ ਦਾ ਪਤਾ ਲੱਗ ਜਾਂਦਾ ਹੈ ਵੀ ਜਿਹੜੇ ਕੁਝ ਕੁ ਲੋਕ ਹੈ ਉਹ ਸਾਜਿਸ਼ ਕਰ ਰਹੇ ਆ ਸਾਜਿਸ਼ ਕਾਹਦੀ ਹੈ ਵੀ ਜਿਹੜੀ ਗਰੀਬ ਅਨਪੜ੍ਹ ਜਨਤਾ ਹੈ ਉਹਨਾਂ ਨੂੰ ਇੱਧਰ ਦੇ ਪਾਸੇ ਖਿੱਚਣ ਦੇ ਵਾਸਤੇ ਉਹਨਾਂ ਨੂੰ ਇੱਕ ਥੋੜ੍ਹਾ ਜਿਹਾ ਨਿਗੂਣਾ ਜਿਹਾ ਲਾਲਚ ਦੇ ਕੇ ਜਾਂ ਇਹੋ ਜਿਹੀਆਂ ਜਿਹੜੀਆਂ ਫੋਕੀਆਂ ਕਰਮ ਕਾਂਡਾਂ ਵਾਲੀਆਂ ਗੱਲਾਂ ਹੈ ਕਰਮ ਕਾਂਡਾਂ ਦੇ ਵਿੱਚ ਫਸਾ ਕੇ ਉਹਨਾਂ ਨੂੰ ਇੱਧਰਲੇ ਪਾਸੇ ਲਿਆਇਆ ਜਾ ਸਕੇ ਹੁਣ ਜੇ ਆਪਾਂ ਲਿਆਉਣ ਦੀ ਗੱਲ ਕਰੀਏ ਤਾਂ ਇੱਕ ਪਾਸੇ ਆਪਾਂ ਕੱਲ ਹੀ ਸ਼ਹੀਦੀ ਦਿਹਾੜਿਆਂ ਦੀ ਸਮਾਪਤੀ ਹੋ ਕੇ ਹਟੀ ਹੈ ਛੋਟੇ ਸਾਹਿਬਜ਼ਾਦਿਆਂ ਦੀ ਜਿਹੜੀ ਕੱਲ ਸ਼ਹੀਦੀ ਸੀਗੀ ਤੇ ਸਾਡੇ ਵਾਸਤੇ ਕੌਮ ਦੇ ਵਾਸਤੇ ਸਾਡੇ ਲੋਕਾਂ ਦੇ ਵਾਸਤੇ ਗੁਰੂ ਸਾਹਿਬ ਨੇ ਆਪਣਾ ਸਰਬੰਸ ਤੱਕ ਕੁਰਬਾਨ ਕੀਤਾ ਪਰ ਸਾਡੇ ਲੋਕਾਂ ਨੂੰ ਅੱਜ ਸਮਝਣਾ ਚਾਹੀਦਾ ਹੈ ਵੀ ਜਿਹੜੇ ਇਹ ਇੱਦਾਂ ਦੇ ਲੋਕ ਹੈ ਕੂੜ ਚ ਪ੍ਰਚਾਰ ਕਰਨ ਵਾਲੇ ਹੈ ਇਹਨਾਂ ਦੀਆਂ ਗੱਲਾਂ ਦੇ ਵਿੱਚ ਕਦੇ ਸਾਨੂੰ ਭੁੱਲ ਕੇ ਵੀ ਨਹੀਂ ਆਉਣਾ ਦੂਜੀ ਗੱਲ ਜਿਹੜੀ ਇਹ ਮਰਨ ਦੀ ਗੱਲ ਕਰਦੇ ਆ ਵੀ ਮਰਿਆ ਵਾ ਬੰਦਾ ਦੁਨੀਆਂ ਦੇ ਉੱਤੇ ਕੋਈ ਵੀ ਧਰਮ ਜਾਂ ਤਾਂ ਇਹ ਨਾ ਤਾਂ ਇਹ ਗੱਲ ਕਹਿੰਦਾ ਤੇ ਨਾ ਦੁਨੀਆਂ ਦੇ ਉੱਤੇ ਕੋਈ ਐਸੀ ਚੀਜ਼ ਬਣੀ ਹੈ ਜਿਹੜੀ ਕਦੇ ਕਿਸੇ ਬੰਦੇ ਨੂੰ ਮਰੇ ਹੋਏ ਨੂੰ ਜਿਉਂਦਾ ਕਰਦੀ ਹੋਵੇ ਅੱਜ ਦੀ ਦੁਨੀਆਂ ਦੇ ਵਿੱਚ ਕੋਈ ਚੀਜ਼ ਨਹੀਂ ਜਿਹੜੇ ਇੱਦਾਂ ਦੇ ਬੰਦੇ ਜਿਹੜੇ ਇਹ ਕਰ ਰਹੇ ਆ ਨਾ ਗੁੰਮਰਾਹ ਕੁਨ ਪ੍ਰਚਾਰ ਕਰ ਰਹੇ ਹੈ ਪਿੱਛੇ ਜੇ ਰੌਲਾ ਚੱਲਿਆ ਸੀ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਅਕਾਲ ਤਖ਼ਤ ਸਾਹਿਬ ਤੇ ਆਏ ਸੀ ਈਸਾਈ ਧਰਮ ਦੇ ਜਿਹੜੇ ਕੁਝ ਮੁੱਖ ਬੰਦੇ ਆਏ ਸੀਗੇ ਉੱਥੇ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਜਿਹੜੇ ਅਸਲੀ ਈਸਾਈਅਤ ਦੇ ਜਿਹੜੇ ਲੋਕ ਹੈਗੇ ਈਸਾਈਅਤ ਨੂੰ ਮੰਨਣ ਵਾਲੇ ਆ ਪ੍ਰਚਾਰਕ ਹੈ ਉਹ ਇਦਾਂ ਦੀਆਂ ਗੱਲਾਂ ਨਹੀਂ ਕਰਦੇ ਤੇ ਜਿਹੜੇ ਕੁਝ ਕੁ ਢੋਂਗੀ ਲੋਕ ਸਵਾਰਥੀ ਲੋਕ ਜਾਂ ਲੋਕਾਂ ਨੂੰ ਮੂਰਖ ਬਣਾਉਣ ਦੇ ਵਾਸਤੇ ਕਰਮ ਕਾਂਡਾਂ ਦੇ ਵਿੱਚ ਲਾਉਣ ਦੇ ਵਾਸਤੇ ਗੁੰਮਰਾਹ ਕਰਨ ਜਿਹੜਾ ਇਹ ਪ੍ਰਚਾਰ ਕਰ ਰਹੇ ਹੈ ਪਰ ਅਸੀਂ ਹਰ ਇੱਕ ਧਰਮ ਦਾ ਜਿਹੜਾ ਹੈਗਾ ਸਤਿਕਾਰ ਕਰਦੇ ਹਾਂ ਈਸਾ ਜੀ ਜਿਹੜੇ ਹੋਏ ਆ ਈਸਾਈਅਤ ਦੇ ਬਾਨੀ ਹੋਏ ਆ ਉਹਨਾਂ ਦਾ ਵੀ ਅਸੀਂ ਜਿਹੜਾ ਹੈਗੇ ਆ ਸਤਿਕਾਰ ਕਰਦੇ ਹਾਂ ਕੋਈ ਵੀ ਧਰਮ ਹੈ ਸਤਿਕਾਰਯੋਗ ਹੈ ਔਰ ਈਸਾਈ ਈਸਾਈ ਬਣ ਕੇ ਰਹੇ ਹਿੰਦੂ ਹਿੰਦੂ ਬਣ ਕੇ ਰਹੇ ਮੁਸਲਮਾਨ ਮੁਸਲਮਾਨ ਬਣ ਕੇ ਰਹੇ ਤੇ ਸਿੱਖ ਸਿੱਖ ਬਣ ਕੇ ਰਹੇ ਕਿਸੇ ਨੂੰ ਵੀ ਕਿਸੇ ਦਾ ਧਰਮ ਦੇ ਵਿੱਚ ਇੰਟਰਫੇਅਰ ਕਰਨ ਦੀ ਕੋਈ ਅਸੀਂ ਜਿਹੜੀ ਹੈਗੀ ਆ ਇਜਾਜ਼ਤ ਨਹੀਂ ਦਿੱਤੀ ਜਾਣੀ ਆ ਚਾਹੀਦੀ ਤੋ ਜਿਹੜਾ ਕਹਿੰਦੇ ਆ ਵੀ ਜਿਹੜਾ ਕੋਈ ਚਰਚ ਹੈ ਉਹਨਾਂ ਦਾ ਧਾਰਮਿਕ ਸਥਾਨ ਹੈ ਉਹ ਆਪਣੇ ਧਰਮ ਸਥਾਨ ਦੇ ਉੱਤੇ ਪ੍ਰਚਾਰ ਕਰਨ ਜੀ ਸਕਦੇ ਕਰਨ ਕੋਈ ਰੋਕਦਾ ਨਹੀਂ ਪਰ ਲੋਕਾਂ ਨੂੰ ਜਿਹੜਾ ਗੁੰਮਰਾਹ ਕਰਨ ਪ੍ਰਚਾਰ ਕਰਨਾ ਇਹ ਬਹੁਤ ਵੱਡਾ ਇੱਕ ਗਲਤ ਸਹੀ ਕਰਨ ਬਾਬਾ ਸੱਚਾਈ ਦੱਸਣ ਹਾਂ ਸੱਚਾਈ ਦੱਸਣੀ ਚਾਹੀਦੀ ਹੈ ਪਰ ਜੇ ਇਹ ਇਦਾਂ ਦਾ ਗੁੰਮਰਾਹ ਕੋਨ ਪ੍ਰਚਾਰ ਕਰਦੇ ਆ ਅਸੀਂ ਆਪਣੇ ਪਿੰਡਾਂ ਦੇ ਵਿੱਚ ਕਦੇ ਵੀ ਇਹ ਗੁੰਮਰਾਹ ਕੋਨ ਪ੍ਰਚਾਰ ਕਰਨ ਨਹੀਂ ਕਰਨ ਦੇਵਾਂਗੇ ਤੇ ਨਾ ਹੀ ਹੋਣ ਦੇਵਾਂਗੇ ਇਹ ਸਾਡੀ ਅਪੀਲ ਹੈ ਜੀ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਤੁਸੀਂ ਦੱਸੋ ਮਈ ਹੁਣ ਬੰਦਾ ਮਰਿਆ ਜਾਂਦਾ ਹੋ ਨਹੀਂ ਜਵਾਬ ਕੋਈ ਅਨਪੜ੍ਹ ਕੋਈ ਦੋ ਪੜ੍ਹੀ ਹੈ ਕੋਈ ਸਕੂਲ ਗਈ ਹੈ ਕੋਈ ਗਈ ਨਹੀਂ
एक अपने पिंड कृष्ण बाबे को आलमा जो फेल हो गया रोटी मर गई तो खड़ गया तोरी फुलका उन्हें बाबा बन गया है अपने पिंड भी जाते रोटी आप जानते हैं बहुत जानते हैं जानते जाते पाए जाते जाते पाए ठीक है सही है बताइए पाए इतने अपने पिंड बंदे अच्छा सुन ला माई अपने पिंड दे गात्रे पाए आ इतने ए भी प्रचार करी जांदे के असि मड़िया दे प्रकाश करांगा साहब वो भी गलत है किसे मड़ी मसान दे उत्ते साहब लेके जाना ठीक है अभी हरेक पखंड का यह नहीं भी अभी इन्हों पखंड का गला विरोध करते हैं तागे दबीतों आले पुछा आले जे बाबे साहब तुरे फिरते हैं इन्हों को भी खास ख्याल रखा करो कख नहीं के तागे दबीत को कुड़िया ज्यादा भजदी बिल तबीत लिया मैं तागा करा लिया मैं मज नहीं मिली गां नहीं मिली पानी करा लिया मैं जानी ना कुछ नहीं इन्होंने पले इस करके अभी हर तरह के पखंड का विरोध करते हैं असी दोबारा फिर चेतावनी जेड़ा बंदा साढ़े अजे हथियार लाता पखंड आले मिल गया कोई बाबा जा कोई यह कोई मिल गया तागे तवीक अभी बख्शना नहीं करा गे सारा कुछ भुल जूगा याद रखियो हां अभी हम सारा इस नकर इस करके खड़े कठे हुए हैं ते मैं पंजाब दे लोकां नूं अपील करदा भी जे थोनूं कदे भी यह पोस्टर इश्तहार लाउंदे मिल जाना परचे बनते मिल जाना अहिजा कूड़ प्रचार करते मिल जाना तां फिर उत्थे छिल दिओ फड़ के इन्हां नूं कह लै भी तुसीं तां मरिया होया जिउंदा करदे हो हुण तुसीं छिलदा हुण तुसीं ठीक कर लो करो कोई इस तरह की मारो कोई शक्ति हां करो जिथे जिथे ज्यादा चर्च च बैठे करो करी जाओ पर अही कहना हक दे सच की गल करो सच्चाई ते लोकां नूं लेके आओ एह जिहियां गमराहां लोकां नूं तुसीं चाहुंदे वी पता नहीं आई लोग पता नहीं पिछे लग जाणगे असल तां बहुत वड्डे पद्धर दे उत्ते जिहड़ा फंड आ रहा इत्थे फंड भी जिथे इत्थे कल्ले भारत च नहीं आ रहा जिन्ने भी गरीब मुल्क ने उन्हां दे वड्डे पद्धर दे फंड पहुंच रहे है ਉਹ ਫੰਡ ਦੇ ਜਰਗੇ ਇਹ ਲੋਕਾਂ ਨੂੰ ਥੋੜਾ ਮੋਟਾ ਲਾਲਚ ਦੇ ਕੇ ਮਗਰ ਲਾ ਰਹੇ ਨੇ ਆਪਣੇ ਵੱਲ ਖਿੱਚ ਰਹੇ ਨੇ ਬਕਾਇਦਾ ਤੌਰ ਤੇ ਇਹਨਾਂ ਦੀਆਂ ਟੀਮਾਂ ਛੱਡੀਆਂ ਹੋਈਆਂ ਨੇ ਉਹ ਜਿਹੜੀਆਂ ਟੀਮਾਂ ਛੱਡੀਆਂ ਨੇ ਜਿਹੜੇ ਪ੍ਰਚਾਰ ਕਰਦੇ ਨੇ ਉਹਨਾਂ ਦੀਆਂ ਤਨਖਾਹਾਂ ਮੋਟੀਆਂ ਨੇ ਉਹਨਾਂ ਦਾ ਕੰਮ ਦੇ ਡਿਊਟੀ ਇਹੀ ਹੈ ਵੀ ਲੋਕਾਂ ਨੂੰ ਜਾ ਕੇ ਆਹ ਜਿਹੜਾ ਪ੍ਰਚਾਰ ਲੋਕਾਂ ਦੇ ਦਿਮਾਗ ਚ ਹੁਣ ਜਿਹੜਾ ਮਾਤੜ ਬੰਦਾ ਜਿਹੜਾ ਕੋਈ ਅਨਪੜ੍ਹ ਬੰਦਾ ਉਹਨੂੰ ਜਿਹੜਾ ਮਰਜ਼ੀ ਪਿੱਛੇ ਲਾ ਲਓ ਚਾਰ ਗੱਲਾਂ ਕਰਕੇ ਪੜ੍ਹੇ ਲਿਖੇ ਲੱਗੇ ਫਿਰਦੇ ਆ ਗਾਤਰੇ ਪਾਏ ਹੁੰਦੇ ਨੇ ਦਾੜੇ ਪ੍ਰਕਾਸ਼ ਹੁੰਦੇ ਨੇ ਪੱਗਾਂ ਹੁੰਦੀਆਂ ਨੇ ਉਹ ਮੜੀਆਂ ਪੂਜੀ ਜਾਂਦੇ ਆ ਇਹ ਜਿਹੜਾ ਪ੍ਰਚਾਰ ਆ ਆਪਾਂ ਸਾਹਿਬਜ਼ਾਦਾ ਸ਼ਹੀਦੀ ਦਿਹਾੜਾ ਮਨਾ ਕੇ ਹਟੇ ਆ ਐਡੀ ਵੱਡੀ ਕੁਰਬਾਨੀ ਦੁਨੀਆਂ ਤੇ ਕਿਤੇ ਮਿਸਾਲ ਨਹੀਂ ਹੈਗੀ ਅਸੀਂ ਉਹਨੂੰ ਭੁੱਲਦੇ ਜਾਂਦੇ ਆ ਇੰਨਾ ਨਜ਼ਰ ਤੁਰੇ ਫਿਰਦੇ ਆ ਸਾਡੇ ਕੋਲੇ ਚੱਪੇ ਚੱਪੇ ਦੇ ਸ਼ਹੀਦ ਬੈਠਾ ਤੇ ਸਾਰੀ ਧਰਤੀ ਸ਼ਹੀਦਾਂ ਨਾਲ ਭਰੀ ਪਈ ਹੈ ਖੂਨ ਨਾਲ ਲਾਲ ਹੋਈ ਹੈ ਧਰਤੀ ਇਹ ਸਾਨੂੰ ਆਪਣਾ ਭੁੱਲਦਾ ਜਾ ਰਿਹਾ ਅਸੀਂ ਭੁੱਲਦੇ ਜਾ ਰਹੇ ਹਾਂ ਇਹਨਾਂ ਦੇ ਮਗਰ ਆਪ ਕੋਈ ਉੱਠ ਕੇ ਬਾਬਾ ਖੜਾ ਹੋ ਜਾਂਦਾ ਸਾਧ ਉਹਦੇ ਮਗਰ ਤੁਰ ਪਏ ਸਰਸੇ ਮਗਰ ਤੁਰ ਪਏ ਕਿ ਭਨੇਰੇ ਮਗਰ ਤੁਰ ਪਏ ਕਦੇ ਹੋਰ ਮਗਰ ਤੁਰ ਪਏ ਹੁਣ ਨਵੇਂ ਆ ਗਏ ਇਹਨਾਂ ਨੇ ਹੋਰ ਢੰਗ ਅਪਣਾ ਲਿਆ ਅਜੇ ਪਖੰਡ ਕਰਕੇ ਲੋਕਾਂ ਨੂੰ ਗੁੰਮਰਾਹ ਕਰਕੇ ਲਾਲਚ ਦੇ ਕੇ ਮਗਰ ਲਾ ਲਿਆ ਸੋ ਸੁਚੇਤ ਹੋ ਜਾਓ ਪੰਜਾਬ ਦੇ ਲੋਕੋ ਚਕੰਨੇ ਰਹੋ ਜਿੱਥੇ ਮਿਲਦੇ ਆ ਦੇੜ ਦਿਓ ਫੜ ਕੇ ਤੇ ਫਿਰ ਇਹ ਜ਼ਿੰਮੇਵਾਰੀ ਦੇ ਹੁਣ ਕੱਲ੍ਹ ਨੂੰ ਇਹਨਾਂ ਉੱਠ ਕੇ ਰੌਲਾ ਪਾਉਣ ਲੱਗ ਜਾ ਕਰਨ ਉੱਥੇ ਜਾਮ ਲਾ ਕੇ ਬਹਿ ਗਏ ਜੀ ਉਹਦੇ ਸੜਕਾਂ ਰੋਕ ਲਈਆਂ ਹੁਣ ਜ਼ਿੰਮੇਵਾਰ ਤੁਸੀਂ ਆ ਤੁਹਾਨੂੰ ਸਪਸ਼ਟ ਲਫ਼ਜ਼ਾਂ ਚ ਚੇਤਾਵਨੀ ਹੈ ਕਿ ਭੁੱਲ ਕੇ ਵੀ ਨਾ ਇੱਧਰ ਨੂੰ ਰਾਹ ਫੜ ਲਿਓ ਕਦੇ ਸਾਡੇ ਪਿੰਡਾਂ ਨੀ ਦਾ ਤੇ ਮੈਂ ਦੂਜਿਆਂ ਨੂੰ ਵੀ ਕਹਿੰਦਾ ਵੀ ਤਕੜੇ ਹੋ ਜਾਓ ਸਰੋਤਰ ਖਿੱਚ ਲਓ ਤਾਂ ਸੂਤ ਆਉਣਾ ਬਾਈ ਕੰਮ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ।